ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਜਿਹੜੀਆਂ ਮਜ਼ਦੂਰਾਂ ਤੇ ਕਿਸਾਨਾਂ ਦੇ ਨਾਂ ਨਾਲ ਜੋ ਦਲਿਤ ਭਾਈਚਾਰਾ ਉਹਦੇ ਲਈ ਵੀ ਕੰਮ ਕਰਦੀਆਂ ਨੇ ਆਪਣੀਆਂ ਸੇਵਾਵਾਂ ਦਿਨ ਰਾਤ ਨਿਭਾਉਂਦੀਆਂ ਨੇ ਤੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਮਜ਼ਦੂਰ ਕਿਸਾਨ ਦਲਿਤ ਫਰੰਟ ਦੇ ਚੇਅਰਮੈਨ ਕਾਮਰੇ ਲਸ਼ਕਰ ਸਿੰਘ ਜੀ ਤੇ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਉਹ ਕਿਸ ਤਰ੍ਹਾਂ ਕੀ ਔਰ ਕਿਹੜੇ ਸਿਧਾਂਤਾਂ ਦੇ ਉੱਪਰ ਇਹਨਾਂ ਲੋਕਾਂ ਦੀ ਮਦਦ ਕਰਦੇ ਨੇ ਕਾਂਵੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਵੜਾ ਲਸ਼ਕਰ ਸਿੰਘ ਜੀ ਜਿਵੇਂ ਕਿ ਤੁਸੀਂ ਦਲੇ ਮਜ਼ਦੂਰ ਕਿਸਾਨ Dalit ਫਰੰਟ ਦੇ ਚੇਅਰਮੈਨ ਹੋ ਤੇ ਤੁਸੀਂ ਕਿਹੜੇ ਸਿਧਾਂਤਾਂ ਦੇ ਉੱਪਰ ਜਿਹੜਾ ਕਿ ਕੰਮ ਕਰਦੇ ਹੋ ਕਿਸ ਤਰ੍ਹਾਂ ਲੋਕਾਂ ਨੂੰ ਇਨਸਾਫ ਦਿੰਦੇ ਹੋ ਕਿਸ ਤਰ੍ਹਾਂ ਉਹਨਾਂ ਨੂੰ ਕੋਈ ਜਾਣਕਾਰੀਆਂ ਦਿੰਦੇ ਇਕ ਤਾਂ ਮੈਂ ਪਹਿਲੇ ਦੱਸ ਦਵਾਂ ਕਿ ਸਾਡੀ ਪਾਰਟੀ ਹਿੰਦੁਸਤਾਨ ਲੈਵਲ ਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸ ਵਰਦੀ ਲੈਨਨ ਵਰਦੀ ਰੈਡ ਸਟਾਰ ਜਿਹਦਾ ਮੈਂ ਸਟੇਟ ਸੈਕਟਰੀ ਵੀ ਆ ਉਹ ਹਿੰਦੁਸਤਾਨ ਲੈਵਲ ਤੇ ਔਰ 50 ਦੇਸ਼ਾਂ ਵਿੱਚ ਉਹਦੀ ਕੋਆਰਡੀਨੇਸ਼ਨ ਹੈ ਪੂਰੇ 50 ਦੇਸ਼ਾਂ ਵਿੱਚ ਠੀਕ ਹੈ ਔਰ ਆਈ ਕੋਰ ਨਾਲ ਦੀ ਉਹ ਜਿੱਥੇ ਬੰਦੀ ਹੈ ਜਿਹਦੇ ਨਾਲ ਸਾਡਾ ਇਹ ਢਾਂਚਾ ਕੰਮ ਕਰਦਾ ਮੈਂ ਸਕਤੀ ਹੋਣ ਦੇ ਨਾਤੇ ਤੇ ਮਜ਼ਦੂਰ ਕਿਸਾਨ ਦਲਿਤ ਫਰੰਟ ਦਾ ਚੇਅਰਮੈਨ ਹੋਣ ਦੇ ਨਾਤੇ ਸਭ ਤੋਂ ਪਹਿਲੀ ਗੱਲ ਕਰਦਾ ਕਿ ਅਸੀਂ ਸਭ ਤੋਂ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਲੜਦੇ ਆ ਰਹੇ ਹਾਂ ਲੜਾਂਗੇ ਔਰ ਅਸੀਂ ਕੁਝ ਸਮਝੌਤੇ ਵੀ ਕਰਾਂਗੇ ਉਹਨਾਂ ਸਮਝੌਤਿਆਂ ਚੋਂ ਇੱਕ ਸਮਝੌਤਾ ਸਾਡਾ ਆਪਸ ਵਿੱਚ ਹੀ ਹੈ ਕਿ ਮਜ਼ਦੂਰ ਕਿਸਾਨ ਦਲਿਤ ਫਰੰਟ ਅਤੇ ਨਰੇਗਾ ਵਰਕਰ ਯੂਨੀਅਨ ਜਿਹੜੀ ਹੈ ਉਹ ਇੱਕ ਲੈਵਲ ਤੇ ਇੱਕ ਮਤਲਬ ਜਿਹੜੀ ਹੈਗੀ ਐ ਇਸ ਸਮਝੌਤੇ ਰਾਹੀਂ ਉਹ ਇੱਕ ਜਥੇਬੰਦੀ ਦੇ ਅਧੀਨ ਕੰਮ ਕਰਨ ਨੂੰ ਤਿਆਰ ਹੋਈ ਹੈ। ਉਹਨਾਂ ਨੂੰ ਇਹ ਅਧਿਕਾਰ ਹੈ ਕਿ ਗਾਓ ਹੋਰ ਜਥੇਬੰਦੀਆਂ ਨਾਲ ਗੱਲਬਾਤ ਕਰਨ। ਠੀਕ ਹੈ। ਤੇ ਇਸ ਟਾਈਮ ਜਿਹੜੀਆਂ ਕਿ ਹੁਣ ਅਸੀਂ ਤਾਜ਼ਾ ਸਥਿਤੀ ਤੇ ਗੱਲ ਕਰੀਏ ਕਿ ਹੁਣ 2022 ਦੇ ਵਿੱਚ ਪੰਜਾਬ 'ਚ ਚੋਣਾਂ ਆ ਰਹੀਆਂ ਨੇ। ਤੇ ਉਹਨਾਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਬਸਪਾ ਦਾ ਇੱਕ ਗੱਠ ਜੋੜ ਹੋਇਆ ਪਰ ਦੂਜੇ ਪਾਸੇ ਹੀ ਅਕਾਲੀ ਦਲ ਸੰਯੁਕਤ ਅਤੇ ਨਰੇਗਾ ਫਰੰਟ ਦਾ ਜਿਹੜਾ ਹੈ ਕਿ ਇੱਕ ਸਮਝੌਤਾ ਹੋਇਆ ਤੇ ਇਹ ਦੋਨਾਂ ਫਰੰਟਾਂ ਦਾ ਜਾਂ ਦੋਨੋਂ ਸੰਸਥਾਵਾਂ ਦਾ ਜਿਹੜਾ ਆਪਸ ਚ ਇਹਨਾਂ ਦੇ ਸਮਝੌਤੇ ਹੋ ਰਹੇ ਨੇ ਦੋ ਸਮਝੌਤੇ ਹੋਏ ਨੇ ਵੱਡੇ ਜਿਹੜੇ ਪੰਜਾਬ ਚ ਹੋਏ ਨੇ ਕਿਸ ਤਰ੍ਹਾਂ ਤੁਸੀਂ ਲੈ ਰਹੇ ਹੋ ਵੀ ਕਿ ਅਸਲ ਚ ਕਿਹੜਾ ਜਿਹੜਾ ਕਿ ਆਪਣਾ ਬਾਬੂ ਕਾਂਸ਼ੀ ਰਾਮ ਜੀ ਦੇ ਸਿਧਾਂਤਾਂ ਦੇ ਕੰਮ ਕਰ ਰਹੇ ਆ। ਦੇਖੋ ਸੰਯੁਕਤ ਅਕਾਲੀ ਦਲ ਜਿਹਦੇ ਢੀਂਗ ਸਹਿਜ ਜੀ ਲੀਡਰ ਨੇ ਉਹਨਾਂ ਨਾਲ ਸਾਡੀ ਇੱਕ ਅੰਡਰਸਟੈਂਡਿੰਗ ਬਣੀ ਹੈ। ਠੀਕ ਹੈ। ਉਹ ਅੰਡਰਸਟੈਂਡਿੰਗ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਬਣੀ ਹੈ। ਠੀਕ ਹੈ ਜੀ। ਅਸੀਂ ਦੱਬੇ ਕੁਚਲੇ ਲੋਕਾਂ ਦਾ ਹਿੱਸਾ ਹੈ। ਸਾਡੀਆਂ ਪਾਰਟੀਆਂ ਜਿਹੜੀਆਂ ਉਹ ਦੱਬੇ ਕੁਚਲੇ ਲੋਕਾਂ ਲਈ ਕੰਮ ਕਰਦੀਆਂ। ਇਸ ਕਰਕੇ ਸਾਡਾ ਨੈਚੁਰਲ मतलब ਜਿਹੜਾ ਹੈ ਉਹ ਸਮਝੌਤਾ ਉਹਨਾਂ ਨਾਲ ਹੈ ਬਿਲਕੁਲ ਕਿਉਂਕਿ ਮਿਸਟਰ ਸਰਦੇਵ ਸਿੰਘ ਢਿੰਡਸਾ ਨੇ ਬਾਦਲ ਪਰਿਵਾਰ ਨੂੰ ਛੱਡਿਆ ਕੁਝ ਸਿਧਾਂਤਾਂ ਕਰਕੇ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵੀ ਮਸਲਾ ਹੈ ਅਸੀਂ ਬੇਸ਼ੱਕ ਕਮਿਊਨਿਸਟ ਹੈ ਲੇਕਿਨ ਪੰਜਾਬ ਵਿੱਚ ਅਸੀਂ ਸਿੱਖ ਪਰਿਵਾਰਾਂ ਚੋਂ ਕਮਿਊਨਿਸਟ ਬਣੇ ਹਾਂ ਔਰ ਇਸ ਲਈ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਦੀ इज्जत ਦਾ ਮਸਲਾ ਜੁੜਿਆ ਹੋਇਆ ਹੈ। ਔਰ ਜੇਕਰ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੇ ਦੀ ਬੇਅਦਬੀ ਕਰਦਾ ਉਹ ਕੋਈ ਵੀ ਹੋਵੇ ਤਾਂ ਅਸੀਂ ਉਸ ਦਾ ਵਿਰੋਧ ਕਰਦੇ ਆ। ਇਹ ਲੋਕਾਂ ਦੀ ਇਹ ਭਾਵਨਾਵਾਂ ਦਾ ਹਿੱਸਾ ਹੈ। ਕੱਲੇ ਸਿੱਖ ਲੋਕਾਂ ਦਾ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਸੈਕੂਲਰ ਗ੍ਰੰਥ ਹਨ ਔਰ ਉਹਨਾਂ ਨੂੰ ਸਾਡੇ ਲੋਕ ਜਿਨ੍ਹਾਂ ਵਿੱਚੋਂ ਅਸੀਂ ਪੈਦਾ ਹੋਏ ਆ ਉਹਨਾਂ ਨੂੰ ਜਿਉਂਦਾ ਜਾਗਦਾ ਗ੍ਰੰਥ ਮੰਨਦੇ ਹਨ ਉਹਨਾਂ ਨੂੰ ਗੁਰੂ ਮੰਨਦੇ ਹਨ ਇਸ ਲਈ ਸਾਡੀ ਇਹ ਲੋੜ ਬਣਦੀ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪ੍ਰੋਟੈਕਸ਼ਨ ਵਿੱਚ ਇਹਨਾਂ ਦਾ ਵਿਰੋਧ ਕਰੀਏ ਉਹਦੇ ਚੋਂ ਬਦਲਦਲ ਕਰ ਲਈਏ ਔਰ ਅਕਾਲੀ ਬਦਲਦਲ ਹੈ ਔਰ ਹੋਰ ਦੂਸਰੇ ਜਿਹੜੇ ਵੀ ਜਿਹੜੇ ਵੀ ਹੋਣ ਠੀਕ ਹੈ ਮੈਂ ਹੋਰ ਕਿਸੇ ਨਾਲ ਇਹ ਨਹੀਂ ਗੱਲ ਕਰਦਾ ਕਿਉਂਕਿ ਮੈਨੂੰ ਮੈਨੂੰ ਹੋਰ ਕਿਸੇ ਨਾਲ ਮਤਲਬ ਨਹੀਂ ਹੈਗਾ ਅਸੀਂ ਜਿਹੜਾ ਗੱਠ ਜੋੜ ਕਰ ਰਹੇ ਆ ਇਹ ਇਹਨਾਂ ਫੋਰਸਸ ਨੂੰ ਹਰਾਉਣ ਲਈ ਕਰ ਰਹੇ ਆ ਮਾਇਆਬਤੀ ਦਾ ਜਾਂ ਬਾਦਲ ਸਾਹਿਬ ਦਾ ਇਹ ਤਾਂ ਲੁੱਟੂਆਂ ਦਾ ਢਾਣਾ ਹੈ ਮਾਇਆਬਤੀ ਬੇਸ਼ੱਕ ਦਲਤ ਪਰਿਵਾਰ ਚੋਂ ਆਈ ਆ ਲੇਕਿਨ ਉਹ ਲੁੱਟੂਆਂ ਦੀ ਸਰਦਾਰ ਹੈ ਉਹ ਕਾਂਸ਼ੀਨਾਥੀ ਫਲਸਫਾ ਉਹ ਕਿਸ ਤਰ੍ਹਾਂ ਲੁੱਟੂਆਂ ਦੀ ਸਰਕਾਰ ਬਣੀ ਥੋੜਾ ਇਹ ਵੀ ਦੱਸੋ ਉਹ ਲੁੱਟੂਆਂ ਦੀ ਸਰਦਾਰ ਹੈ ਸਰਦਾਰ 50 ਹਜ਼ਾਰ ਕਰੋੜ ਤੋਂ ਉੱਤੇ ਤਾਂ ਉਹਦੀ ਪ੍ਰਾਪਰਟੀ ਹੈ ਨਾਇਡੇ ਚ ਉਹਨੇ ਵੱਡੇ ਵੱਡੇ ਹੋਟਲ ਉਹਦੇ ਮਤਲਬ ਭਰਾ ਦੇ ਨਾਂ ਦੇ ਉੱਤੇ ਮਿਸਟਰ ਨੰਦ ਦੇ ਨਾਂ ਤੇ ਉੱਤੇ ਖੜੇ ਕੀਤੇ ਹੋਏ ਨੇ ਉਹ ਛੋਟੀ سرمایہਧਾਰ ਨਹੀਂ ਹੈ ਉਹਨੇ ਕਾਂਸ਼ੀ ਰਾਮ ਨੂੰ ਐਕਸਪਲoit ਕਰਕੇ ਆਪਣਾ ਵੱਡਾ ਮਤਲਬ ਜਿਹੜਾ ਹੈ ਬਣਾ ਤਾ ਔਰ ਭਾਜਪੀ ਨਾਲ ਅੰਦਰ ਖਾਤੇ ਸਮਝੌਤਾ ਕੀਤਾ ਅੱਜ ਉਸ ਸਮਝੌਤੇ ਦੇ ਨਾਲ ਹੀ ਅਕਾਲੀ ਦਲ ਨਾਲ ਸਮਝੌਤਾ ਹੋਇਆ ਬੇ ਬੀ ਜੀ ਪੀ ਦਾ ਇਹ ਸਾਰੀ ਚਾਲ ਜਾਨੀ ਕਿ ਤੁਹਾਡੇ ਕਹਣ ਦਾ ਮਤਲਬ ਇਹ ਹੋ ਗਿਆ ਕਿ ਭਾਵੇਂ ਕਿ ਇਹ ਗੱਠ ਜੋੜਾ ਲੋਕਾਂ ਦੀ ਨਿਗਾਹ ਦੇ ਵਿੱਚ ਅਕਾਲੀ ਦਲ ਅਤੇ ਬਸਪਾ ਦਾ ਹੋਇਆ ਪਰ ਅੰਦਰ ਖਾਤੇ ਜਿਹੜੀ ਗੇਮ ਹੈ ਉਹ ਬੀ ਜੀ ਪੀ ਆਰ ਐਸ ਐਸ ਦੀ ਹੈ ਉਹ ਬੀ ਜੀ ਪੀ ਔਰ ਆਰ ਐਸ ਐਸ ਹੀ ਹੈ ਇਸ ਗੇਮ ਦੇ ਪਿੱਛੇ ਔਰ ਇਹਦੇ ਲਈ ਅਸੀਂ ਸਵਾਲ ਜਿਹੜਾ ਹੈਗਾ ਕਿ ਉਹ ਜਿਹੜਾ ਬ੍ਰਾਹਮਣ ਆਇਆ ਸੀਗਾ ਹਾਂ ਮਿਸਰਾ ਮਾਇਆਪਤੀ ਤਾਂ ਆਈ ਨਹੀਂ ਠੀਕ ਨਹੀਂ ਤਾਂ ਹਰ ਕਿ ਜਗ੍ਹਾ ਤਾਂ ਮਾਇਆਪਤੀ ਜਾਂਦੀ ਹੈਗੀ ਸਮਝੌਤੇ ਕਰਨ ਅੱਜ ਮਾਇਆਪਤੀ ਕਿਉਂ ਨਹੀਂ ਆਈ ਫਿਰ ਮਿਸਰਾ ਕਿਉਂ ਇਸ ਦਾ ਮਤਲਬ ਹੈ ਕਿ ਮਨੂਵਾਦ ਹੀ ਉਹਨਾਂ ਨੂੰ ਚਲਾ ਰਿਹਾ ਔਰ ਬ੍ਰਾਹਮਣ ਸ਼ਾਹੀ ਦੇ ਹੱਥ 'ਚ ਹੀ ਉਹ ਸ਼ਕਤੀ ਹੈ ਉਹ ਸਾਰਾ ਕੁਝ ਉਹਨਾਂ ਦੇ ਹੱਥ 'ਚ ਹੈ ਜਿਹਦੀ ਸ਼ਕਤੀ ਵਿੱਚੋਂ ਗੁਰੂ ਸਾਹਿਬ ਨੇ ਕੱਢਿਆ ਸੀ ਗੁਰੂ ਸਾਹਿਬ ਦੇਖੋ ਗੁਰੂ ਸਾਹਿਬ ਨੇ ਤਾਂ ਸਾਰਾ ਕੁਝ ਬਾਹਰ ਦਿੱਤਾ ਉਹਨਾਂ ਜੋ ਕੱਢਣ ਦੇ ਠੀਕ ਹੈ ਮਤਲਬ ਜਿਹੜਾ ਫਲਸਫਾ ਮਨੂੰ ਬਾਤ ਦੱਸੀ ਉਸ ਫਲਸਫੇ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਉਹਨਾਂ ਨੇ ਪ੍ਰਵਾਰ ਕੀ ਸਾਰਾ ਕੁਝ ਬਾਹਰ ਦਿੱਤਾ ਖਾਲਸੇ ਦੀ ਨੀ ਰੱਖੀ ਆ ਉਹਨਾਂ ਨੇ 1699 ਜੀ ਅਸੀਂ ਉਸ ਉੱਤੇ ਖੜੇ ਹਾਂ ਅਸੀਂ ਖੁਦ ਖਾਲਸਾ ਪਰਿਵਾਰਾਂ ਨਾਲ ਮਤਲਬ ਸਬੰਧਤ ਹੈਗੇ ਅਸੀਂ ਇਹ ਨਹੀਂ ਕਹਿੰਦੇ ਕਿ ਮਤਲਬ ਜਿਹੜਾ ਹੈਗਾ ਅਸੀਂ ਬਾਹਰ ਹਾਂ ਸਾਨੂੰ ਵੀ ਦੁੱਖ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸਾਨੂੰ ਵੀ ਦੁੱਖ ਹੁੰਦਾ ਕਿ 1984 ਦੇ ਅੰਦਰ ਮਤਲਬ ਜਿਹੜਾ ਇੰਦਰਾ ਗਾਂਧੀ ਤੇ ਮਨੋਬਾਦ ਰਾਹੀਂ ਹਮਲਾ ਹੁੰਦਾ ਸਾਨੂੰ ਦੁੱਖ ਹੈ ਲੇਕਿਨ ਇੱਕ ਵੱਡੀ ਸ਼ਕਤੀ ਦੇ ਅੱਗੇ ਇੱਕ ਛੋਟੀ ਸ਼ਕਤੀ ਕੁਝ ਨਹੀਂ ਕਰ ਸਕਦੀ ਹੁੰਦੀ ਅੱਜ ਜੇ ਮੌਕਾ ਆਇਆ ਪੰਜਾਬ ਨੂੰ ਇਹ ਉਜਾੜ ਰਹੇ ਨੇ ਸਾਡਾ ਕਿਸਾਨ ਸਾਰਾ ਦਿੱਲੀ ਬਾਰਡਰ ਤੇ ਬੈਠਾ ਬਾਦਲ ਸਾਹਿਬ ਨੂੰ ਇਹ ਚਿੰਤਾ ਲੱਗੀ ਹੋਈ ਆ ਬਈ ਕਿਸੇ ਨਾ ਕਿਸੇ ਢੰਗ ਨਾਲ ਮਾਇਆਬਤੀ ਨਾਲ ਸਮਝੌਤਾ ਕਰ ਲੋ ਕੀ ਮਾਇਆਬਤੀ ਦੇ ਨੂੰ ਜੇ ਸਾਡੇ ਪੰਜਾਬ ਨੂੰ ਵੇਚ ਦਿੰਦੀ ਹੈਗੀ ਆ ਕੀ ਪੰਜਾਬੀ ਵਿਕ ਜਾਣਗੇ ਠੀਕ ਹੈ ਪੰਜਾਬੀ ਇੱਕ ਦਾ ਜਵਾਬ ਪੱਥਰ ਨਾਲ ਦੇਣਗੇ ਪੰਜਾਬ ਦੇ ਇੰਨੇ ਲੋਕ ਬੁੱਧੂ ਨਹੀਂ ਹੈਗੇ ਕਿ ਉਹ ਇਸ ਅਖੋਤੀ ਪੰਥਕ ਲੀਡਰ ਨੂੰ ਵਾਪਸ ਜਵਾਬ ਨਾ ਦੇਣ ਲੋਕ ਸੋਚ ਰਹੇ ਨੇ ਇਸੇ ਨੂੰ ਮੁੱਖ ਰੱਖ ਕੇ ਅਸੀਂ 307 ਨੂੰ ਬੇਨਤੀ ਕੀਤੀ ਹੈ ਕਿ ਉਹ ਮਤਲਬ ਜਿਹੜਾ ਹੈਗਾ ਸਾਡੀ ਅੰਡਰਸਟੈਂਡਿੰਗ ਬਣੀ ਹੈ ਉਹਨਾਂ ਨਾਲ ਰਾਮੂ ਵਾਲੀ ਆ ਜੀ ਗਏ ਨੇ ਸਾਡੇ ਨਾਲ ਅਸੀਂ ਕਦੀ ਝੂਠ ਨਹੀਂ ਬੋਲੇ ਰਾਮੂ ਵਾਲੀ ਆ ਜੀ ਨੇ ਜਾ ਕੇ ਸਾਡੀ ਗੱਲਬਾਤ ਕਰਵਾਈ ਹੈ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆਵਾਂਗੇ ਔਰ ਗੁਰੂਗ੍ਰਾਂਧ ਸਾਹਿਬ ਦੇ ਜਿਹੜੀ ਬੇਅਦਬੀ ਕੀਤੀ ਹੈ ਉਹਦੇ 'ਚ ਤੁਹਾਡਾ ਸਾਥ ਦੇਵਾਂਗੇ ਅਸੀਂਗਾ ਅਸੀਂ ਤੁਹਾਡਾ ਸਾਥ ਦੇ। ਇਹ ਕਿਸ ਤਰ੍ਹਾਂ ਤੁਸੀਂ ਹੁਣ ਲੋਕਾਂ ਨੂੰ ਜਾਗਰੂਕ ਕਰੋਗੇ ਜਿਹੜੇ ਕਿ ਇਸ ਗੱਲ ਤੋਂ ਅਣਜਾਣ ਨੇ, ਭੋਲੇ ਨੇ ਕਿਉਂਕਿ ਪੰਜਾਬ ਦੇ ਲੋਕ ਬਹੁਤ ਭੋਲੇ ਨੇ। ਦੇਖੋ ਪੰਜਾਬ ਅਸੀਂ ਕਹਿੰਨੇ ਭੋਲੇ ਨੇ ਲੇਕਿਨ ਪੰਜਾਬ ਦੇ ਲੋਕ ਭੋਲੇ ਨਹੀਂ ਬਹੁਤ ਸਿਆਣੇ ਨੇ। ਨਹੀਂ ਤਾਂ ਅੱਜਕੱਲ੍ਹ ਇਹਨੀ ਭਾਜਪੀ ਨੇ ਇਹਨੀ ਆਰਐਸਐਸ ਨੇ ਧੋਰ ਲਾਤਾ ਵੀ ਪੰਜਾਬ ਦੇ ਅੰਦਰ ਫਿਰਕੂ ਜ਼ਹਿਰ ਫਲਾਇਆ ਜਾ ਜਿਹੜਾ 1947 ਸੀ ਉਹ ਨਹੀਂ ਫੈਲਿਆ ਇਸ ਦਾ ਮਤਲਬ ਹੈ ਸਾਡੇ ਲੋਕ ਸਿਆਣੇ ਆ ਸਾਡੇ ਲੋਕ ਮਤਲਬ ਬੇਵਕੂਫ ਨਹੀਂ ਭੋਲੇ ਅਸੀਂ ਭੋਲੇ ਕਿਸ ਸੈਂਸ ਵਿੱਚ ਕਹਾਂਗੇ ਕਿ ਉਹ ਐਜੂਕੇਟਿਡ ਨਹੀਂ ਹੈਗੇ ਅੱਜ ਤਾਂ ਸਾਡੇ ਬੱਚੇ ਪੀਐਚਡੀਜ਼ ਕਰਕੇ ਬੈਠੇ ਨੇ ਅੱਜ ਲੜ ਰਹੇ ਨੇ ਮਤਲਬ ਜਿਹੜਾ ਸਾਰਾ ਕਿਸਾਨ ਜਿਹੜਾ ਮੋਰਚਾ ਬਣਾ ਕੇ ਬੈਠਾ ਆ ਉਹਨੂੰ ਉਹਨੂੰ ਜਿਹੜਾ ਹੈਗੇ ਹੈ ਇਕੱਲੇ ਕਿਸਾਨ ਨਹੀਂ ਚਲਾ ਰਿਹਾ ਪੰਜਾਬ ਦੀ ਸਾਰੀ ਜਨਤਾ ਹੈ ਐਜੂਕੇਟਡ ਜਨਤਾ ਜਿਹੜੀ ਹੈ ਉਹ ਚਲਾ ਕੇ ਲਈ ਬੈਠੀ ਹੈ ਮਜ਼ਦੂਰ ਹੈ ਕਿਸਾਨ ਹੈ ਛੋਟਾ ਕਿਸਾਨ ਹੈ ਵੱਡਾ ਕਿਸਾਨ ਹਰ ਇੱਕ ਉੱਥੇ ਬੈਠੇ ਨੇ ਔਰ ਇਕੱਲਾ ਪੰਜਾਬ ਦਾ ਕਿਸਾਨ ਨਹੀਂ ਸਾਰੇ ਦੇਸ਼ ਦਾ ਕਿਸਾਨ ਬੈਠਾ ਤੇ ਹੁਣ ਜਿਹੜੀ ਆ ਕਿ 2022 ਚ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਕਿ ਅਕਾਲੀ ਦਲ ਤੇ ਬਸਪਾ ਦਾ ਕੀ ਕਿਰਦਾਰ ਰਹੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬਿਆਦਵੀਆਂ ਵੀ ਲੋਕਾਂ ਦੇ ਮਨਾਂ ਦੇ ਵਿੱਚ ਰੜਕਦੀਆਂ ਨੇ ਕੀ ਇਹ ਜਿੱਤ ਹਾਸਲ ਕਰ ਸਕਣਗੇ ਸੀਟਾਂ ਪ੍ਰਾਪਤ ਕਰ ਸਕਣਗੇ ਵੱਡੇ ਪੱਦਰਤੀ ਜਾਂ ਫਿਰ ਇਹਨਾਂ ਨੂੰ ਉਹ ਮਾਰ ਪਏਗੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਬਿਆਦਵੀਆਂ ਕੀਤੀਆਂ ਨੇ ਤੇ ਗੋਲੀ ਕਾਂਢ ਚਲਾ ਸਾਡੀ ਕੋਸ਼ਿਸ਼ ਜਿਹੜੀ ਹੈ ਉਹ ਵੱਡਾ ਗਠਬੰਧਨ ਕਰਕੇ ਲੜਾਈ ਦੇਣ ਦੀ ਹੈ ਕਿੰਸਾ ਸਾਹਿਬ ਨਾਲ ਜਾਂ ਦੂਸਰੇ ਹੋਰ ਨਾਲ ਗਠਬੰਧਨ ਕਰਨ ਦਾ ਅਰਥ ਹੀ ਹੈ ਤਾਂ ਜੋ ਮਾਇਵਤੀ ਵਰਗੀ ਚਲਾਕ ਜਿਸ ਨੇ ਜਿਸ ਨੇ ਕਾਂਸ਼ੀ ਰਾਮ ਦਾ ਕਤਲ ਕਰਵਾਇਆ ਹੋਵੇ ਔਰ ਉਸ ਸਿਧਾਂਤ ਨੂੰ ਹੀ ਛੱਡ ਗਈ ਹੋਵੇ ਔਰ ਉਸ ਸਿਧਾਂਤ ਨੂੰ ਛੱਡ ਕੇ ਉਹ ਮਨੁਬਾਦ ਨਾਲ ਇੰਨੀ ਦੇਰ ਸਮਝੌਤਾ ਕਰਕੇ ਉਹਨੇ ਪੂਰਾ ਪੂਰੇ ਮਤਲਬ ਜਿਹੜਾ ਹੈ ਆਪਣਾ ਬਨਾਸ਼ ਛੱਡਿਆ ਹੋਵੇ ਇੱਕ ਜਿਹਨੂੰ ਅਸੀਂ ਕਹਿੰਨੇ ਆ ਇੱਕ ਲੁੱਟ ਦਾ ਕੇਂਦਰ ਬਣਾ ਛੱਡਿਆ ਹੋਵੇ ਔਰ ਲੋਕਾਂ ਨੂੰ ਜਿਹੜੇ ਵੀ ਉਹ ਮਤਲਬ ਜਿਹੜੇ ਹੈਗੇ ਐਮਐਲਏ ਜਾਂ ਦੇ ਨਾਲ ਟਿਕਟਾਂ ਦਿੱਤੀਆਂ ਜਾਂਦੀਆਂ ਉਹ ਪੈਸਾ ਉਹਨਾਂ ਦਾ ਲੈ ਕੇ ਟਿਕਟਾਂ ਦਿੰਦੀ ਹੈ ਜੀ ਔਰ ਮੈਂ ਜਾਣਦਾ ਵੀ ਹੈ ਕਿ ਮੇਰੇ ਇੱਕ ਮਿੱਤਰ ਸੀ ਦੋਸਤ ਸੀ ਮੇਰੇ ਨਾਲ ਪੜਦੇ ਸੀ ਜੀ ਗੁਰਨਾਮ ਸਿੰਘ ਸੇਵਕ ਉਹਨਾਂ ਤੋਂ ਪੈਸਾ ਲਿਆ ਔਰ ਉਸ ਤੋਂ ਬਾਅਦ ਉਹ ਉਹਨੂੰ ਟਿਕਟ ਤੋਂ ਛੱਡ ਦਿੱਤਾ ਜਾਂ ਦੋ ਦਿਨ ਪਹਿਲੇ ਤਾਂ ਇੱਕ ਹੋਰ ਦੂਸਰੇ ਨੂੰ ਟਿਕਟ ਤੇ ਪੈਸੇ ਦੇ ਦੋਨੋਂ ਪਾਸੇ ਲੈ ਲਏ ਠੀਕ ਹੈ ਜੀ ਮਿਸਟਰ ਰਾਏ ਨੇ ਇਸ ਸਮਝੌਤਾ ਕੀਤਾ ਇਹ ਹੈ ਇਹ ਇੱਕ ਇੱਕ ਮੈਂ ਗੱਲ ਦੱਸੀ ਹੈ ਕਿਉਂਕਿ ਮੇਰੇ ਨੋਟਿਸ ਜਿਹੜੇ ਸੀ ਲੇਕਿਨ ਇਹ ਸਾਰੀ ਜਗ੍ਹਾ ਇਹੀ ਕੁਝ ਹੋ ਰਿਹਾ ਮਾਇਬਤੀ ਖੁਦ ਆਰਐਸਐਸ ਪਰ ਵੀ ਕੀ ਹੋਈ ਹੈ ਔਰ ਉਸਨੇ ਦਲਤ ਸਮਾਜ ਨੂੰ ਨਹੀਂ ਮੈਂ ਬਹੁਜਨ ਸਮਾਜ ਨੂੰ ਉਹ ਆਰਐਸਐਸ ਪਾਸ ਵੇਚਣਾ ਚਾਹ ਰਹੀ ਹੈ ਇਹ ਤਾਂ ਬਹੁਜਨ ਸਮਾਜ ਨੇ ਫੈਸਲਾ ਕਰਨਾ ਵੀ ਉਹਨਾਂ ਨੇ ਬਾਦਲ ਪਾਸ ਵੇchnਾ ਜਾਂ ਉਹਦਾ ਮੁਕਾਬਲਾ ਕਰਨਾ ਕਿ ਬਹੁਜਨ ਸਮਾਜ ਨੇ ਫੈਸਲਾ ਕਰਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਬੜੀਆਂ ਅਹਿਮ ਗੱਲਾਂ ਕੀਤੀਆਂ ਤੇ ਸਾਨੂੰ ਜਿਹੜਾ ਕਿ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਦੀ ਨਵੇਂ ਸਿਰੇ ਤੋਂ ਇੱਕ ਲੁੱਟ ਹੋਰ ਹੁਣ ਜਾ ਰਹੀ ਹੈ ਪਰ ਜਿਹੜਾ ਕਿ ਉਹਨੂੰ ਬਚਾਉਣ ਵਾਲੇ ਜਿਹੜੇ ਲੋਕ ਨੇ ਉਹ ਵੀ ਬਿਲਕੁਲ ਤਿਆਰ ਬੈਠੇ ਨੇ ਸੋ ਮੈਂ ਇਜਾਜ਼ਤਾਂ ਚਾਹਾਂਗਾ ਤੇ ਜਲਦੀ ਹੀ ਅਸੀਂ ਅਗਲੀ ਮੁਲਾਕਾਤ ਵੀ ਤੁਹਾਡੇ ਨਾਲ ਕਰਾਂਗੇ